क्षत्रिय काल किसान वीरो फार्मर्स वेलफेयर हब ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰੀਏ ਤੂੜੀ ਦੇ ਰੇਟਾਂ ਦੀ ਤਾਂ ਪਹਿਲੇ ਨਾਲ ਥੋੜੀ ਜੀ ਜੋ ਤੂੜੀ ਦੇ ਰੇਟਾਂ 'ਚ ਗਰਾਵਟ ਦੇਖਣ ਨੂੰ ਮਿਲ ਰਹੀ ਹੈ ਕੁਝ ਮੌਸਮ ਵੀ ਖਰਾਬ ਚੱਲ ਰਿਹਾ ਸੋ ਅੱਗੇ ਜਾ ਕੇ ਜੋ ਟਰਾਲੇ ਨੇ ਉਹ ਖਾਲੀ ਨਹੀਂ ਹੋ ਰਹੇ ਜਿਹਦੇ ਕਰਕੇ ਜੋ ਥੋੜੀ ਰੇਟ 'ਚ ਗਰਾਵਟ ਦੇਖਣ ਨੂੰ ਮਿਲੀ ਹੈ ਤੇ ਓਵਰ ਆਲ ਸੀਜ਼ਨ ਦੀ ਵੀ ਗੱਲ ਕਰੀਏ ਤਾਂ ਜਿੰਨੀ ਉਮੀਦ ਸੀ ਉਸ ਹਿਸਾਬ ਨਾਲ ਜੋ ਤੇਜ਼ੀ ਤੂੜੀ 'ਚ ਦੇਖਣ ਨੂੰ ਨਹੀਂ ਮਿਲੀ ਕਾਫੀ ਜੋ ਰੇਟ ਪਿਛਲੇ ਸਾਲ ਦੇ ਹਿਸਾਬ ਨਾਲ ਕਾਫੀ ਮੰਦੇ ਨੇ ਸੋ ਹੁਣ ਆਪਾਂ ਗੱਲ ਕਰਾਂਗੇ ਜੋ ਹਾਰੇਖ ਸ਼ਹਿਰ ਹਰਿਆਣਾ ਪੰਜਾਬ ਰਾਜਸਥਾਨ ਦੇ ਮੇਨ ਮੇਨ ਸ਼ਹਿਰਾਂ ਦੇ ਤੂੜੀ ਦੇ ਰੇਟ ਦੀ ਤਾਂ ਉਸ ਤੋਂ ਪਹਿਲੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਕਿਰਪਿਆ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਇਹ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪਲੀਜ਼ ਪੇਜ ਨੂੰ ਜਰੂਰ ਲਾਈਕ ਤੇ ਫੋਲੋ ਕਰ ਦਿਓ ਕਿਉਂਕਿ ਬਹੁਤ ਲੋੜ ਹੈ ਤੁਹਾਡੇ ਸਪੋਰਟ ਦੀ ਸੋ ਸਭ ਤੋਂ ਪਹਿਲੇ ਆਪਾਂ ਸ਼ੁਰੂ ਕਰਦੇ ਹਾਂ ਤੂੜੀ ਦੇ ਰੇਟ ਜੋ ਸਿਰਸਾ ਤੋਂ ਸ਼ੁਰੂ ਕਰਦੇ ਆਂ ਲਗਭਗ 550 ਤੋਂ 570 ਦੇ ਆਰ ਬਾਰ ਜੋ ਰੇਟ ਚੱਲ ਰਹੇ ਨੇ ਫਿਰ ਲੁਧਿਆਣਾ 600 ਤੋਂ 650 ਰੁਪਏ ਮਾਨਸਾ 500 ਸਵਾ 500 ਦੇ ਆਰ ਬਾਰ ਪ੍ਰਤੀ ਕੁਇੰਟਲ ਦੇ हिसाब ਨਾਲ ਰੇਟ ਚੱਲ ਰਹੇ ਨੇ ਸਰਦੂਲਗੜ 525 ਫਿਰ ਪਟਿਆਲਾ 650 ਤੋਂ 660 ਰੁਪਏ ਪ੍ਰਤੀ ਕੁਇੰਟਲ ਫਰੀਦਕੋਟ 540 ਤੋਂ 580 ਰੁਪਏ ਰਾਮਪੁਰਾ ਫੂਲ ਦੀ ਗੱਲ ਕਰੀਏ ਲਗਭਗ 560 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰੇਟ ਚੱਲ ਰਿਹਾ ਹੈ। ਸ਼੍ਰੀ ਮੁਕਸਰ ਸਾਹਿਬ 500 ਤੋਂ 530 ਰੁਪਏ ਪ੍ਰਤੀ ਕੁਇੰਟਲ। ਫਤਿਹਵਾਲ ਦੀ ਗੱਲ ਕਰੀਏ 560 ਤੇ 40 ਬਰ ਜੋ ਰੇਟ ਚੱਲ ਰਹੇ ਨੇ। ਰਤਿਆ ਦੀ ਗੱਲ ਕਰੀਏ 550 ਤੋਂ 580 ਦੇ ਆਰ ਬਰ। ਤੇ ਟੁਹਾਨਾ 620 630 ਦੇ ਰੇਟ ਚੱਲ ਰਹੇ ਨੇ ਪ੍ਰਤੀ ਕੁਇੰਟਲ। ਹਿਸਾਰ ਦੀ ਗੱਲ ਕਰੀਏ 600 ਤੋਂ 650। ਬਰਵਾਲਾ 640 ਤੋਂ 660 ਰੁਪਏ। ਰੋहतक ਲਗਭਗ 720 ਤੋਂ 780 ਦੇ ਆਰਬਾ ਰੇਟ ਚੱਲ ਰਹੇ ਨੇ ਕਰਨਾਲ 700 ਰੁਪਏ ਸਫੀਦੋਂ 700 ਰੁਪਏ ਨਰਵਾਣਾ 710 ਰੁਪਏ ਜਲੰਧਰ 660 ਰੁਪਏ ਗੁਰਦਾਸਪੁਰ 550 ਤੋਂ 560 ਤਲਵੰਡੀ ਸਾਬੋ ਲਗਭਗ 500 ਤੋਂ 530 40 ਰੁਪਏ ਬਟਾਲਾ 540 ਤੋਂ 550 ਰੁਪਏ ਅੰਮ੍ਰਿਤਸਰ ਸਾਹਿਬ ਲਗਭਗ 600 ਦੇ ਆਰਬ ਤੇ ਫਾਜ਼ਲਕਾ 500 ਦੇ ਆਰਬ 500 520 ਰਾਣੀਆਂ 540 ਤੇ ਐਲਨਾਬਾਦ 540 550 ਦੇ ਆਰ ਬਾਰ ਜੋ ਤੂੜੀ ਦੇ ਰੇਟ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਚੱਲ ਰਹੇ ਨੇ ਸੋ ਕਿਸਾਨ ਵੀਰੋ ਇਹ ਮੇਨ ਮੇਨ ਸ਼ਹਿਰਾਂ ਦੇ ਰੇਟ ਨੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੁਸੀਂ ਵੀ ਕੋਈ ਤੂੜੀ ਦੀ ਖਰੀਦ-ਵੇਚ ਕੀਤੀ ਹੈ ਕਿਸੇ ਕਿਸਾਨ ਵੀਰ ਨੇ ਵੇਚੀ ਹੈ ਆਪ ਦੇ ਖੇਤੋਂ ਟਰਾਲਾ ਪੁਰਾਇਆ ਤਾਂ ਆਪ ਦਾ ਜੋ ਕਮੈਂਟ ਚ ਆਪ ਦਾ ਸ਼ਹਿਰ ਤੇ ਜੋ ਰੇਟ ਹੈ ਉਹ ਜ਼ਰੂਰ ਦੱਸੋ ਤਾਂ ਕਿ ਜੋ ਦੂਜੇ ਕਿਸਾਨ ਵੀਰ ਵੀ ਇਸ ਤੋਂ ਜਾਣਕਾਰੀ ਲੈ ਸਕਣ ਤੇ ਕੋਈ ਵਪਾਰੀ ਵੀ ਵੀਰ ਨੇ ਖਰੀਦੀ ਆ ਤਾਂ ਕਿਰਪਾ ਕਰਕੇ ਰੇਟ ਜ਼ਰੂਰ ਦੱਸ ਦਿਆ ਕਰੋ ਕਮੈਂਟਾਂ 'ਚ ਵੀ ਕਈ ਵੀਰ ਆ ਆਪ ਦਾ ਦੱਸ ਦੇਣੇ ਵੀ ਸਾਡੇ ਕੋਲ ਇੰਨੀ ਤੂੜੀ ਪਈ ਹੈ ਤਾਂ ਜਿਹੜੇ ਵਪਾਰੀ ਵੀਰ ਨੇ ਉਹਨਾਂ ਨਾਲ ਜ਼ਰੂਰ ਕੰਟੈਕਟ ਕਰਨ ਦੀ ਕੋਸ਼ਿਸ਼ ਕਰਿਆ ਕਰੋ ਤਾਂ ਜੋ ਇਦਾਂ ਹੀ ਤਾਲਮੇਲ ਨਾਲ ਵਪਾਰ ਚੱਲਦਾ ਰਹੇ ਸੋ ਕਿਸਾਨ ਵੀਰੋ ਜਾਣਕਾਰੀ ਚੰਗੀ ਲੱਗੀ ਤਾਂ ਅੱਗੇ ਤੋਂ ਅੱਗੇ ਦੂਜੇ ਕਿਸਾਨ ਵੀਰਾਂ ਨਾਲ ਵੀ ਜ਼ਰੂਰ ਸਾਂਝੀ ਕਰੋ ਤਾ ਜੋ ਵੀ ਇਸ ਜਾਣਕਾਰੀ ਦਾ ਫਾਇਦਾ ਲੈ ਸਕਣ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਲਈ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਦਾ ਪੇਜ ਜਰੂਰ ਫੋਲੋ ਤੇ ਲਾਈਕ ਕਰ ਲਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ